ਇੱਕ ਨੌਜਵਾਨ ਜੋ ਸਮਾਜਿਕ ਕੁਰੀਤੀਆਂ ਦੇ ਉੱਪਰ ਗਾਣੇ ਕਰਦਾ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਵੇ ਜਾਂ ਫਿਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਵੇ। ਇਨਸਾਨ ਪਰਖਣੇ ਜਾਤਾਂ ਤੋਂ ਮੈਨੂੰ ਦੱਸ ਦੋ ਕਿਹੜੇ ਧਰਮ 'ਚ ਐ, ਆਓ ਨਾਨਕ ਤੇਰੀ ਬਣਾਈ ਦੁਨੀਆ ਖੌਰੇ ਕਿਹੜੇ ਧਰਮ 'ਚ ਐ, ਆਉਣ ਵਾਲੀ ਪੀੜ੍ਹੀ ਸਮਝਾ ਲਿਓ ਨਾ ਇਹਨੂੰ ਧਰਮਾਂ ਵਿੱਚ ਉਲਝਾ ਲਿਓ, ਪਹਿਲਾਂ ਲਾਉਣਾ ਗਲ ਨਾਲ ਸਿੱਖ ਲਵੋ ਮੰਦਰ ਜਿੰਨੇ ਮਰਜ਼ੀ ਪਾ ਲਿਓ। ਜਾਤ ਨੂੰ ਲੈ ਕੇ ਜਿਹੜਾ ਭੇਦਭਾਵ ਸਾਡੇ ਸਮਾਜ ਦੇ ਵਿੱਚ ਅਜੇ ਤੱਕ ਵੀ ਖਤਮ ਨਹੀਂ ਹੋਇਆ, ਉਹਦੇ ਉੱਪਰ ਵੀ ਉਸ ਨੌਜਵਾਨ ਦੇ ਵੱਲੋਂ ਗਾਣਾ ਕੀਤਾ ਗਿਆ। ਕਿਵੇਂ ਚੁਣਿਆ ਔਰ ਗਾਣੇ ਦੇ ਵਿੱਚ ਕੀ ਕੁਛ ਹੈ? ਸ਼ਡਿਊਲ ਕਾਸਟ ਗਾਣਾ ਆਪਾਂ ਕਹਿ ਸਕਦੇ, ਜਿਵੇਂ ਜਿਨ੍ਹਾਂ ਨੂੰ ਸਰਟੀਫਿਕੇਟ ਦੇ ਆਧਾਰ 'ਤੇ ਛੋਟੇ ਵਰਗ ਦੇ ਲੋਕ ਕਿਹਾ ਜਾਂਦਾ, ਉਹਨਾਂ ਲੋਕਾਂ ਦਾ ਦਰਦ ਆ ਜਿਹਦੇ ਵਿੱਚ ਜ਼ਿਆਦਾਤਰ ਬੰਦੇ ਦਿਹਾੜੀਦਾਰ ਬੰਦੇ ਆਉਂਦੇ ਆ, ਪਰ ਇੱਜ਼ਤ ਦੇ ਵੱਲੋਂ ਹਜੇ ਵੀ ਇਹ ਕਾਸਟਾਂ ਬਹੁਤ ਪਿੱਛੇ ਦੁਨੀਆ ਫਿਰਦੀਆਂ, ਕਿਉਂਕਿ ਉਵੇਂ ਸਮਾਜ ਦੇ ਵਿੱਚ ਇੱਜ਼ਤ ਨਹੀਂ ਮਿਲਦੀ। ਇੱਕ ਚੀਜ਼ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਮਾਜ ਦੇ ਵਿੱਚ ਤੁਹਾਨੂੰ ਬਰਾਬਰ ਇੱਜ਼ਤ ਨਹੀਂ ਦਿੱਤੀ ਜਾਂਦੀ? ਪਹਿਲੀ ਗੱਲ ਤਾਂ ਟੌਂਟ ਮਾਰੀ ਜਾਂਦੀ, ਜਿਵੇਂ ਵਿਹੜੇ ਵਾਲਾ ਕਹਿ ਕੇ ਉਹਨਾਂ ਨੂੰ ਸੀਰੀ ਦੇ ਭਾਂਡੇ ਫਿਰ ਕਾਹ ਤੋਂ ਆਰਡਰ ਰੱਖੇ ਜਾਂਦੇ ਆ। ਤੁਸੀਂ ਕਦੇ ਦੇਖ ਸੁਣਿਆ ਵੀ ਕਿਸੇ ਡੇਰੇ ਦੇ ਵਿੱਚ ਦੋ ਡੇਰੇ ਬਣੇ ਹੁਣ ਵੀ ਆ ਜਨਰਲ ਕਾਸਟ ਦਾ ਸ਼ਡਿਊਲ ਕਾਸਟ ਵਾਲਿਆਂ ਦਾ, ਪਰ ਗੁਰੂ ਘਰ ਪਿੰਡਾਂ ਦੇ ਵਿੱਚ ਬਣੇ ਹੋਏ ਆ, ਸਿਵੇ ਤੱਕ ਇਹ ਪਿੰਡਾਂ ਦੇ ਵਿੱਚ ਬਣੇ ਹੋਏ ਆ, ਇੱਥੋਂ ਭੇਦਭਾਵ ਸ਼ੁਰੂ ਹੁੰਦਾ। ਪਰਮਾਤਮਾ ਦੇ ਟੁਕੜੇ ਦੀ ਕਰਤੇ ਅਨੇਕ ਕਹਿ ਕੇ ਗੌੜ ਇਸ ਵਨ ਗੌੜ ਕਰਤਾ ਬਰੇਕ, ਥੋੜਾ ਮੋਟਾ ਹੱਥੀ ਅਕਲ ਤੇ ਮਹਰ ਲੋ ਬਸ ਬੰਦ ਕਰੋ ਇਹ ਜਾਤ ਪਾਤ ਦੀ ਡਿਬੇਟ। ਜਿਹੜਾ ਜਾਤ ਦੇ ਆਧਾਰ ਤੇ ਕਈ ਰਿਸ਼ਤੇ ਆ ਜਿਹੜੇ ਉਹ ਜੁੜ ਨਹੀਂ ਪਾਉਂਦੇ ਵੀ ਜਦੋਂ ਵੱਖੋ ਵੱਖਰੀ ਕਾਸਟ ਹੋ ਜਾਂਦੀ ਆ। ਚਲੋ ਮੈਂ ਤਾਂ ਕਈ ਇਹੋ ਜਿਹੇ ਬੰਦੇ ਵੀ ਦੇਖੇ ਜਿਹੜੇ ਕਹਿੰਦੇ ਸਾਡਾ ਰਿਸ਼ਤਾ ਸਿਰੇ ਨਹੀਂ ਚੜਿਆ, ਸ਼ਡਿਊਲ ਕਾਸਟ ਦੇ ਵਿੱਚ ਸੀਗੇ, ਸਰਕਾਰੀ ਨੌਕਰੀਆਂ ਲੱਗੇ ਹੋਏ ਬੰਦੇ, ਮੁੱਕ ਦੀ ਗੱਲ ਇਹ ਕਹਿੰਦੇ ਵੀ ਇਹ ਸਾਡੇ ਲੈਵਲ ਦੇ ਬੰਦੇ ਨਹੀਂ। ਆਪਾਂ ਕਈ ਵਾਰੀ ਕਹਿੰਦੇ ਸਿੱਖ ਧਰਮ ਆਪਾਂ ਨੂੰ ਖਾਲਸਾ ਰਾਜ ਚਾਹੀਦਾ, ਪਰ ਖਾਲਸਾ ਰਾਜ ਲਈ ਵੀ ਆਪਾਂ ਨੂੰ ਕੋਈ ਘੈਂਟ ਬੰਦਾ ਚਾਹੀਦਾ। ਤੁਹਾਨੂੰ ਕੋਈ ਲੱਗਦਾ ਇੰਨੇ ਬੰਦੇ ਹੈਗੇ? ਕੋਈ ਇੱਕ ਬੰਦਾ ਲੱਗਦਾ ਤੁਹਾਨੂੰ? ਕੋਈ ਹੈ ਨਹੀਂ ਬੰਦਾ। ਜਿਹੜੇ ਹੁਣ ਰਾਜ ਕਰ ਰਹੇ ਆ ਉਹ ਵੀ ਤਾਂ ਦਸਤਾਰਾਂ ਵਾਲੇ ਹੀ ਆ। ਦਸਤਾਰਾਂ ਵਾਲੇ ਨਹੀਂ, ਦਸਤਾਰ ਟੈਂਪਰੇਰੀ। ਹੁਣ ਮੈਂ ਪੱਗਾਂ ਮੰਨ ਕੇ ਹੁਣ ਕਰਮਜੀਤ ਅਨਮੋਲ ਦੀ ਗੱਲ ਕਰਦਾ, ਸਾਡੇ ਇੱਥੇ ਵੋਟਾਂ ਵਾਲੇ ਆਏ ਆ, ਇਹਨਾਂ ਨੂੰ ਆਪਾਂ ਕਿਵੇਂ ਪੱਗਾਂ ਵਾਲੇ ਕਹਿੰਦੇ? ਇਹ ਪੱਗਾਂ ਵਾਲੇ ਨਹੀਂ, ਪੱਗਾਂ ਵਾਲੇ ਬੰਦੇ ਤਾਂ ਉਹਨਾਂ ਦੀ ਗੱਲਬਾਤ ਹੀ ਵੱਖਰੀ ਹੁੰਦੀ। ਚਾਰ ਦਿਨ ਪੱਗਾਂ ਬੰਨ ਸਿਰ ਇੱਥੇ ਠੱਗਣਗੇ, ਇੱਕ ਵਾਰ ਤੁਹਾਨੂੰ ਤਾਂ ਜੀ ਆਪਣੇ ਲੱਗਣਗੇ, ਹੱਥ ਜੋੜ ਕਹਿਣਗੇ ਜੀ ਤੁਹਾਡੇ ਸੀ ਨਾਲ, ਤੁਹਾਨੂੰ ਵਰਾਉਣਗੇ ਦੇ ਕੇ ਆਟਾ ਦਾ, ਤੁਸੀਂ ਪੁੱਛਿਓ ਸਵਾਲ ਕਾਹਦਾ ਆਇਆ ਬਦਲਾਵ, ਗੁਰੂ ਸਾਹਿਬ ਦੀ ਬੇਅਦਬੀ ਦਾ ਕਿੱਥੇ ਇਨਸਾਫ, ਛੜਿਆਂ ਸੜਕਾਂ 'ਤੇ ਮਾਰਦਾ ਸੀ ਉਹ ਇਨਸਾਫ ਲਈ ਰੋਂਦਾ ਜੀ ਸਿੱਧੂ ਦਾ ਪਿਓ। ਸਤਿ ਸ਼੍ਰੀ ਅਕਾਲ ਜੀ, ਭੁੱਲਰ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਗਗਨ ਸਿੱਧੂ। ਇੱਕ ਨੌਜਵਾਨ ਜੋ ਸਮਾਜਿਕ ਕੁਰੀਤੀਆਂ ਦੇ ਉੱਪਰ ਗਾਣੇ ਕਰਦਾ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਵੇ ਜਾਂ ਫਿਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਵੇ, ਜਾਂ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਡੇਰਾਵਾਦ ਫੈਲਿਆ ਹੋਇਆ ਉਸ ਨੂੰ ਲੈ ਕੇ ਹੋਵੇ, ਕੁਝ ਦਿਨ ਪਹਿਲਾਂ ਉਸਦਾ ਇੱਕ ਗਾਣਾ ਵੱਖਰੇ ਵਿਸ਼ੇ ਯਾਨੀ ਕਿ ਜਾਤ ਨੂੰ ਲੈ ਕੇ ਜਿਹੜਾ ਭੇਦਭਾਵ ਸਾਡੇ ਸਮਾਜ ਦੇ ਵਿੱਚ ਅਜੇ ਤੱਕ ਵੀ ਖਤਮ ਨਹੀਂ ਹੋਇਆ, ਉਹਦੇ ਉੱਪਰ ਵੀ ਉਸ ਨੌਜਵਾਨ ਦੇ ਵੱਲੋਂ ਗਾਣਾ ਕੀਤਾ ਗਿਆ। ਮੇਰੇ ਨਾਲ ਦੇਵ ਰੁਪਾਣਾ ਮੌਜੂਦ ਹੈ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ, ਸਤਿ ਸ਼੍ਰੀ ਅਕਾਲ ਦੇ। ਸਤਿ ਸ਼੍ਰੀ ਅਕਾਲ ਜੀ। ਨਵਾਂ ਗਾਣਾ ਆ ਰਿਹਾ ਸ਼ਡਿਊਲ ਕਾਸਟ, ਹਾਂਜੀ ਹਾਂਜੀ, ਪਹਿਲਾਂ ਤਾਂ ਗਾਣੇ ਦੇ ਟਾਈਟਲ ਬਾਰੇ ਪੁੱਛਣਾ ਚਾਹੂੰਗੀ, ਸ਼ਡਿਊਲ ਕਾਸਟ ਕਿਵੇਂ ਚੁਣਿਆ ਔਰ ਗਾਣੇ ਦੇ ਵਿੱਚ ਕੀ ਕੁਛ ਹੈ? ਇਹ ਗਾਣਾ ਹੀ ਕਾਫੀ ਟਾਈਮ ਜਦੋਂ ਤੁਹਾਨੂੰ ਹੁਣ ਤੁਸੀਂ ਦੱਸ ਕੇ ਰਹੇ ਹੋ ਨਾ ਵੀ ਜਿਹੜਾ ਵੀ ਮੁੱਦਾ ਹੁੰਦਾ, ਮੈਨੂੰ ਸ਼ੌਂਕ ਹੈ ਇਹਨਾਂ ਚੀਜ਼ਾਂ 'ਤੇ ਗਾਣੇ ਕਰਨ ਦਾ, ਜਾਂ ਜੋ ਵੀ ਦਰਦ ਹੁੰਦਾ ਪੰਜਾਬ ਦੇ ਲੋਕਾਂ ਦਾ ਉਹ ਦੱਸ ਪਹੁੰਚਾਉਣਾ ਲੋਕਾਂ ਤੱਕ। ਸ਼ਡਿਊਲ ਕਾਸਟ ਗਾਣਾ ਆਪਾਂ ਕਹਿ ਸਕਦੇ, ਜਿਵੇਂ ਜਿਨ੍ਹਾਂ ਨੂੰ ਸਰਟੀਫਿਕੇਟ ਦੇ ਆਧਾਰ 'ਤੇ ਛੋਟੇ ਵਰਗ ਦੇ ਲੋਕ ਕਿਹਾ ਜਾਂਦਾ ਵੀ ਨੀਵੀਂ ਜਾਤੀ ਵਾਲੇ ਜਾਂ ਨੀਵੇਂ ਲੋਕ ਕਿਹਾ ਜਾਂਦਾ, ਉਹਨਾਂ ਲੋਕਾਂ ਦਾ ਦਰਦ ਆ ਜਿਹਦੇ ਵਿੱਚ ਜ਼ਿਆਦਾਤਰ ਬੰਦੇ ਦਿਹਾੜੀਦਾਰ ਬੰਦੇ ਆਉਂਦੇ ਆ, ਹੈ ਨਾ ਜੀ,
ਤੇ ਜਿਹੜੀਆਂ ਜਿਨ੍ਹਾਂ ਨੂੰ ਛੋਟੀਆਂ ਜਾਤਾਂ ਦਾ ਕਰਾਰ ਦਿੱਤਾ ਹੋਇਆ, ਕੀ ਕੀ ਇਹਨਾਂ ਦੀਆਂ ਮੁਸੀਬਤਾਂ ਨੇ, ਕੀ ਕੀ ਉਹਨਾਂ ਨੂੰ ਲਾਈਫ ਦੇ ਵਿੱਚ ਝੇਲਣਾ ਪੈਂਦਾ। ਹਾਲਾਂਕਿ ਰਿਜ਼ਰਵੇਸ਼ਨ ਕਾਸਟ ਕਹਿ ਦਿੰਦੇ ਵਿੱਚ ਨਹੀਂ ਨੌਕਰੀਆਂ ਛੇਤੀ ਮਿਲਦੀਆਂ, ਪਰ ਇੱਜ਼ਤ ਦੇ ਵੱਲੋਂ ਹਜੇ ਵੀ ਇਹ ਕਾਸਟਾਂ ਬਹੁਤ ਪਿੱਛੇ ਦੁਨੀਆ ਫਿਰਦੀਆਂ, ਕਿਉਂਕਿ ਉਵੇਂ ਸਮਾਜ ਦੇ ਵਿੱਚ ਇੱਜ਼ਤ ਨਹੀਂ ਮਿਲਦੀ। ਸੋ ਇਸ ਕਰਕੇ ਇਹ ਗਾਣੇ ਦਾ ਟਾਈਟਲ ਸ਼ਡਿਊਲ ਕਾਸਟ, ਇਕੱਲੇ ਸ਼ਡਿਊਲ ਕਾਸਟ ਲੋਕਾਂ ਦੇ ਲਈ ਗਾਣਾ ਬਣਾਇਆ ਗਿਆ। ਅੱਛਾ, ਤੁਸੀਂ ਇਹਦੇ 'ਚ ਗੱਲ ਕੀਤੀ ਵੀ ਇਕੱਲਾ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਜਿਹੜਾ ਮਤਲਬ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ, ਇਕੱਲਾ ਇਹ ਨਹੀਂ ਕਿ ਤੁਸੀਂ ਇਕੱਲੀਆਂ ਨੌਕਰੀਆਂ, ਇੱਕ ਮੁਨਾਫਾ ਨੌਕਰੀਆਂ ਦਾ ਜ਼ਰੂਰ ਮਿਲਦਾ ਪਰ ਇੱਜ਼ਤ ਦੇ ਪੱਖੋਂ ਪਿੱਛੇ ਰੱਖਿਆ ਜਾਂਦਾ। ਇੱਕ ਚੀਜ਼ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਮਾਜ ਦੇ ਵਿੱਚ ਤੁਹਾਨੂੰ ਬਰਾਬਰ ਇੱਜ਼ਤ ਨਹੀਂ ਦਿੱਤੀ ਜਾਂਦੀ? ਬਰਾਬਰ ਇੱਜ਼ਤ ਤੁਸੀਂ, ਮੈਂ ਗੱਲ ਦੱਸੋ, ਕਿਤੇ ਵੀ ਤੁਸੀਂ ਇਹ ਜ਼ਿਆਦਾਤਰ ਲੋਕਾਂ ਨੂੰ ਤੁਸੀਂ ਜਿੰਨਾ ਜਿਵੇਂ ਹੁਣ ਚਾਹੇ ਮੇਰੀ ਗੱਲ ਕਰ ਲਓ, ਹੈ ਨਾ, ਮੈਂ ਬਾਜੀ, ਸਾਡੀ ਕਾਸਟ ਬਾਜੀਗਰ ਆ, ਅਸੀਂ ਸ਼ਡਿਊਲ ਕਾਸਟ ਦੇ ਵਿੱਚ ਜਿਵੇਂ ਮਜ਼੍ਹਬੀ ਸਿੱਖ, ਪਹਿਲੀ ਗੱਲ ਤਾਂ ਟੌਂਟ ਮਾਰੀ ਜਾਂਦੀ ਜਿਵੇਂ ਵਿਹੜੇ ਵਾਲਾ ਕਹਿ ਕੇ ਉਹਨਾਂ ਨੂੰ, ਜਾਂ ਇੱਕ ਹੋਰ ਸ਼ਬਦ ਵਰਤਿਆ ਜਾਂਦਾ ਹੁੰਦਾ, ਹੈ ਨਾ, ਸ਼ਾਇਦ ਪਤਾ ਨਹੀਂ ਉਹ ਸ਼ਬਦ ਮੈਂ ਬੋਲ ਸਕਦਾ, ਨਹੀਂ ਪਤਾ ਲੱਗ ਹੀ ਜਾਣਾ ਤੁਹਾਨੂੰ, ਇਹ ਸ਼ਬਦ ਟੌਂਟ ਕੋਈ ਵੀ ਭਾਵੇਂ ਵੱਡਾ ਕੋਈ ਬੰਦਾ, ਕੋਈ ਵੱਡੀ ਕਾਜ਼ ਆ, ਛੋਟੀ ਕਾਜ਼ ਆ, ਜਦੋਂ ਕਿਤੇ ਵੀ ਕਹਿ ਦਿੰਦੇ ਵੀ ਇਹ ਐਵੇਂ ਲੱਛਣ ਖਿਲਾਰੀ ਜਾਂਦਾ, ਅਤੇ ਉਹ ਇੱਕ ਸ਼ਬਦ ਲੈ ਕੇ ਇਹਨਾਂ ਨੂੰ ਬੇਇੱਜ਼ਤੀ ਕੀਤੀ ਜਾਂਦੀ, ਹੈ ਨਾ, ਵੀ ਉਹਨਾਂ ਦੇ ਵਿੱਚ ਆਉਂਦਾ। ਬਰਾਬਰ ਰੱਖਣ ਦਾ ਜਿਵੇਂ ਹੁਣ ਮੈਂ ਕਦੇ ਖੂਨਦਾਨ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਇੱਕ ਲਾਈਨ ਆ, ਹੋਸਪਿਟਲਾਂ 'ਚ ਜਿਹੜਾ ਨਾੜੀ ਚੜ੍ਹਦਾ ਹੈ ਖੂਨ ਉਹਦੀ ਕਿਉਂ ਨਾ ਇਹ ਜਾਤ ਪਾਤ ਵੇਦੇ। ਰਿਸ਼ਤੇ ਬਣਾਉਣ ਵੇਲੇ ਸ਼ਡਿਊਲ ਕਾਸਟ ਦੇ ਵੱਲ ਬਹੁਤ ਨੱਕ ਬੁੱਲ ਕੱਢੇ ਜਾਂਦੇ ਆ, ਹੋਰ ਭਾਵੇਂ ਵੱਡੀ ਕਾਸਟ ਦਾ ਕਹਿ ਦਿੰਦੇ ਵੀ ਛੋਟੀਆਂ ਕਾਸਟਾਂ ਨੇ ਵੱਡੀ ਕਾਸਟ ਦੇ ਵਿਆਹ ਕਰਾ ਲਿਆ, ਪਰ ਛੋਟੀ ਕਾਸਟ ਨਾਲ ਛੇਤੀ ਇੱਕ ਤਾਂ ਰਿਸ਼ਤਾ ਨਹੀਂ, ਜੇ ਇਹਨਾਂ ਕੋਈ ਲਵ ਮੈਰਿਜ ਹੁੰਦੀ ਆ, ਚਲੋ ਇਹ ਚੀਜ਼ਾਂ ਨਹੀਂ ਹੁੰਦੀਆਂ। ਬਾਕੀ ਇਕੱਲਾ ਸਿਰਫ ਇਹ ਆਪਾਂ ਉਹੀ ਦੱਸ ਕੇ ਡਿਆ ਵੀ ਇਕੱਲੇ ਨੌਕਰੀਆਂ ਦੇ ਬੇਸ 'ਤੇ, ਹੋਰ ਇੱਜ਼ਤ ਪੱਖੋਂ ਜਾਂ ਲਾ ਲਈਏ ਬਹੁਤ ਜ਼ਿਆਦਾ ਭੇਦਭਾਵ ਕੀਤੇ ਜਾਂਦੇ। ਤੁਸੀਂ, ਮੈਂ ਮੁੱਕ ਦੀ ਗੱਲ ਮੁਕਾਉਣਾ, ਗੁਰੂ ਘਰ ਆ ਜਿਹੜੇ ਪਿੰਡਾਂ ਦੇ ਵਿੱਚ, ਤੁਸੀਂ ਗੱਲ ਡੇਰਾਵਾਦ ਦੇ ਗਾਣੇ ਦੀ ਵੀ ਕੀਤੀ, ਇਹ ਗੱਲਾਂ ਸਾਰੀਆਂ ਇੱਥੋਂ ਸ਼ੁਰੂ ਹੁੰਦੀਆਂ। ਤੁਸੀਂ ਕਦੇ ਦੇਖ ਸੁਣਿਆ ਵੀ ਕਿਸੇ ਡੇਰੇ ਦੇ ਵਿੱਚ ਦੋ ਡੇਰੇ ਬਣੇ ਹੁਣ ਵੀ ਆ ਜਨਰਲ ਕਾਸਟ ਦਾ, ਸ਼ਡਿਊਲ ਕਾਸਟ ਵਾਲਿਆਂ ਦਾ, ਪਰ ਗੁਰੂ ਘਰ ਪਿੰਡਾਂ ਦੇ ਵਿੱਚ ਬਣੇ ਹੋਏ ਆ, ਸਿਵੇ ਤੱਕ ਇਹ ਪਿੰਡਾਂ ਦੇ ਵਿੱਚ ਬਣੇ ਹੋਏ ਆ, ਇੱਥੋਂ ਭੇਦਭਾਵ ਸ਼ੁਰੂ ਹੁੰਦਾ। ਫਿਰ ਲੋਕ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਲੋਕ ਡੇਰਾਵਾਦ ਦੇ ਮਗਰ ਜਾਂਦੇ, ਡੇਰਾਵਾ ਹਰ ਇੱਕ ਬੰਦਾ ਜਿਹਨੂੰ ਆਪਦੀ ਇੱਜ਼ਤ ਚਾਹੀਦੀ ਆ ਉਹ ਬੰਦਾ ਜਾਂਦਾ ਹੀ ਆ। ਹੁਣ ਮੈਂ ਤੁਹਾਨੂੰ ਦੱਸਦਾ ਜ਼ਿਆਦਾ ਸਿੱਖੀ ਦੇ ਨਾਲ ਸਭ ਤੋਂ ਵੱਧ ਕਿਹੜਾ ਏਰੀਆ ਜੁੜਿਆ ਹੋਇਆ ਪੰਜਾਬ ਦਾ, ਇੱਕ ਛੋਟਾ ਸਵਾਲ ਆ ਤੁਹਾਡੇ ਨਾਲ, ਤੁਸੀਂ ਕਿਹੜਾ ਏਰੀਆ ਮੰਨਦੇ ਹੋ? ਮੇਰੇ ਖਿਆਲ ਨਾਲ ਮਾਝਾ ਏਰੀਆ। ਮਾਝੇ ਏਰੀਏ ਦੇ ਵਿੱਚ ਸਭ ਤੋਂ ਵੱਧ ਲੋਕ ਈਸਾਈ ਧਰਮ ਦੇ ਵਿੱਚ ਚਲੇ ਗਏ, ਕ੍ਰਿਸਚੀਅਨ ਬਣ ਗਏ। ਗੁਰਦਾਸਪੁਰ ਏਰੀਆ, ਤਰਨ ਤਾਰਨ ਏਰੀਆ, ਅੰਮ੍ਰਿਤਸਰ ਏਰੀਆ, ਅਤੇ ਇਹ ਕਿਤੇ ਨਾ ਕਿਤੇ ਕਮੀਆਂ ਹੈਗੀਆਂ, ਸ਼ਾਇਦ ਆਪਣੇ ਬੰਦੇ ਦੀਆਂ ਕਮੀਆਂ। ਅਤੇ ਇਹ ਜ਼ਿਆਦਾਤਰ ਜੇ ਏਰੀਆ ਉਹ, ਫਿਰ ਉਹ ਕਿਉਂ ਜਾਂ ਸਿੱਖੀ ਧਰਮ ਦੇ ਵਿੱਚ ਆ, ਫਿਰ ਉਹ ਕਿਉਂ ਈਸਾਈ ਧਰਮ ਦੇ ਵਿੱਚ ਚਲੇ ਗਏ, ਇਹ ਚੀਜ਼ਾਂ ਕਰਕੇ ਉਹ ਗਾਣਾ ਕੀਤਾ ਆਪਾਂ। ਮੈਂ ਗਾਣੇ ਦਾ ਇੱਕ ਪਹਿਰਾ ਜ਼ਰੂਰ ਤੁਹਾਡੇ ਕੋਲੋਂ ਸੁਣਨਾ ਚਾਹਾਂਗੀ, ਗਾ ਕੇ ਤੁਸੀਂ ਸੁਣਾਓ। ਇਨਸਾਨ ਪਰਖਣੇ ਜਾਤਾਂ ਤੋਂ ਮੈਨੂੰ ਦੱਸ ਦਿਓ ਕਿਹੜੇ ਧਰਮ 'ਚ ਹੈ, ਆਓ ਨਾਨਕਾ ਤੇਰੀ ਹੀ ਬਣਾਈ ਦੁਨੀਆ, ਖੌਰੇ ਕਿਹੜੇ ਪਰਮ 'ਚ ਹੈ, ਆਉਣ ਵਾਲੀ ਪੀੜ੍ਹੀ ਸਮਝਾ ਲਿਓ, ਨਾ ਇਹਨੂੰ ਧਰਮਾਂ ਵਿੱਚ ਉਲਝਾ ਲਿਓ, ਪਹਿਲਾਂ ਲਾਉਣਾ ਗਲ ਨਾਲ ਸਿੱਖ ਲਵੋ, ਮੰਦਰ ਜਿੰਨੇ ਮਰਜ਼ੀ ਪਾ ਲਿਓ, ਉਹ ਸਾਡੇ ਗੁਰੂ ਘਰ ਸਿਵੇ ਵੀ ਅਲੱਗ ਕਰਤੇ, ਸਾਡੀ ਕੌਮ ਵਿੱਚ ਕਾਹਤੋਂ ਤੁਸੀਂ ਠੱਗ ਪਰਤੇ, ਹੱਕਾਂ ਲਈ ਕਾਨੂੰਨ ਤੁਸੀਂ ਰੱਦ ਕਰਤੇ, SC BC ਕਹਿ ਕੇ ਲੋਕ ਵੱਖੋ ਵੱਖ ਕਰਤੇ, ਹੋ ਪਈ ਲੋੜ ਉੱਤੇ ਕਿਉਂ ਨਹੀਂ ਇਹ ਔਕਾਤ ਵੇਖਦੇ, ਕੌਣ ਕਿੰਨਾ ਪੜ੍ਹਿਆ ਜਮਾਤ ਵੇਖਦੇ, ਹੋਸਪਿਟਲਾਂ 'ਚ ਜਿਹੜਾ ਨਾੜੀ ਚੜ੍ਹਦਾ ਏ ਖੂਨ ਉਹਦੀ ਕਿਉਂ ਨਾ ਇਹ ਜਾਤ ਪਾਤ ਵੇਖਦੇ, ਹੋ ਜਾ ਕੇ ਪੜ੍ਹੋ ਇਤਿਹਾਸ ਉਸੀ ਗੁਰੂਆਂ ਦੇ ਨਾਲ, ਜਿਹਨੂੰ ਕਹਿ ਕੇ ਵਿਹੜੇ ਵਾਲਾ ਤੁਸੀਂ ਡਾਉਂਦੇ ਹੋ ਮਜ਼ਾਕ, ਮਖੌਲ ਇਹਨਾਂ ਦੇ ਅਤੇ ਕਾਹ ਤੋਂ ਫਿਰ ਹੱਸ ਦਿੰਦੇ ਟਾਲ, ਜੇ ਆਪਣੀ ਤੇ ਆ ਜੇ ਫਿਰ ਉੱਠਦਾ ਸਵਾਲ, ਹੋ ਐਂਡੀ ਉੱਤੇ ਬਣ ਜਾਣਾ ਰਾਖ ਸਭ ਨੇ ਰਹਿ ਕਰਮ ਜਾਣੇ ਆ ਬਸ ਯਾਦਾਂ ਦੇ ਸਮੇਤ, ਪਰਮਾਤਮਾ ਦੇ ਟੁਕੜੇ ਜੀ ਕਰਤੇ ਅਨੇਕ ਕਹਿ ਕੇ, ਗੋਡ ਇਜ਼ ਵਨ, ਗੋਡ ਕਰਤਾ ਬਰੇਕ, ਥੋੜ੍ਹਾ ਮੋਟਾ ਹੱਥੀ ਇਕੱਲੇ ਉੱਤੇ ਮਾਰ ਲਓ, ਬਸ ਬੰਦ ਕਰੋ ਇਹ ਜਾਤ ਪਾਤ ਦੀ ਡਿਬੇਟ।
ਇਹ ਲੈਣੇ ਗਾਣੇ। ਠੀਕ ਹੈ ਜੀ, ਇਹਦੇ ਵਿੱਚ ਤੁਸੀਂ ਨਾ ਇੱਕ ਗੱਲ ਕਹੀ ਸੀ ਵੀ ਰਿਸ਼ਤਾ ਜੋੜਨਾ ਹੁੰਦਾ ਜਦੋਂ, ਹੈ ਨਾ, ਅਤੇ ਉਦੋਂ ਵੀ ਜਿਹੜਾ ਜਾਤ ਦੇ ਆਧਾਰ 'ਤੇ ਕਈ ਰਿਸ਼ਤੇ ਆ ਜਿਹੜੇ ਉਹ ਜੁੜ ਨਹੀਂ ਪਾਉਂਦੇ ਵੀ ਜਦੋਂ ਵੱਖੋ ਵੱਖਰੀ ਕਾਸਟ ਹੋ ਜਾਂਦੀ ਆ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ 21ਵੀਂ ਸਦੀ ਹੈ ਅਤੇ ਮਤਲਬ ਪੈਸਾ ਜ਼ਿਆਦਾ ਮੁੱਖ ਹੈ? ਕਈ ਵਾਰੀ ਕੀ ਹੁੰਦਾ ਕਿ ਜਦੋਂ ਵੀ ਕੋਈ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ, ਜਦੋਂ ਤੁਹਾਡਾ ਜਿਹੜਾ ਰਿਸ਼ਤੇਦਾਰ ਹੈ ਪੈਸੇ ਪੱਖੋਂ ਤੁਹਾਡੇ ਬਰਾਬਰ ਦਾ ਨਹੀਂ, ਫਿਰ ਉਹ ਉੱਥੇ ਐਡਜਸਟ ਨਹੀਂ ਕਰ ਪਾਉਂਦਾ। ਮਤਲਬ ਮੈਂ ਇਹਨੂੰ ਜਾਤ 'ਤੇ ਨਹੀਂ ਲਿਜਾਂਦੀ, ਇੱਕ ਵਾਰੀ ਆਪਾਂ ਉਹਨੂੰ ਆਰਥਿਕ ਸਥਿਤੀ 'ਤੇ ਲਿਜਾਂਦੇ ਹਾਂ ਵੀ ਉਸ ਉੱਥੇ ਜਿਹੜਾ ਐਡਜਸਟ ਨਹੀਂ ਕਰ ਪਾਉਂਦਾ, ਉਸ ਤੋਂ ਬਾਅਦ 'ਚ ਉਹ ਡਿਵੋਰਸ ਦਾ ਕਾਰਨ ਬਣਦਾ ਹੈ ਨਾ। ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਇੱਦਾਂ ਹੁੰਦਾ। ਅਤੇ ਕਈ ਵਾਰੀ ਕਿਸੇ ਦੀ ਕਾਸਟ ਬੇਸ਼ੱਕ ਜਿਹੜੀ ਹੈ SC BC ਹੋਵੇ ਪਰ ਪੈਸਾ ਉਹਨਾਂ ਕੋਲ ਹੁੰਦਾ ਅਤੇ ਉੱਥੇ ਵੀ ਰਿਸ਼ਤੇ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਆ। ਉੱਥੇ ਕਰਦੇ ਜਾਂ ਨਹੀਂ ਕਰਦੇ ਤੁਹਾਡਾ ਕੀ ਮੰਨਣਾ? ਬਹੁਤ ਘੱਟ ਚਾਂਸ ਹੀ ਕਰ ਦਿੰਦੇ ਆ। ਹੁਣ ਮੰਨ ਕੇ ਚਲੋ, ਮੈਂ ਤਾਂ ਕਈ ਇਹੋ ਜਿਹੇ ਬੰਦੇ ਵੀ ਦੇਖੇ ਜਿਹੜੇ ਕਹਿੰਦੇ ਸਾਡਾ ਰਿਸ਼ਤਾ ਸਿਰੇ ਨਹੀਂ ਚੜਿਆ, ਸ਼ਡਿਊਲ ਕਾਸਟ ਦੇ ਵਿੱਚ ਸੀਗੇ, ਸਰਕਾਰੀ ਨੌਕਰੀਆਂ ਲੱਗੇ ਹੋਏ ਬੰਦੇ, ਉੱਥੇ ਤਾਂ ਨਹੀਂ ਆਪਾਂ ਕਹਿ ਸਕਦੇ ਆਰਥਿਕ ਤੰਗੀ ਕਰਕੇ, ਕਿਉਂਕਿ ਕਾਸਟ ਨੂੰ ਕਿਤੇ ਨਾ ਕਿਤੇ ਮੇਨ ਰੱਖਿਆ ਜਾਂਦਾ। ਉਹ ਮੁੱਕ ਦੀ ਗੱਲ ਇਹ ਕਹਿੰਦੇ ਵੀ ਇਹ ਸਾਡੇ ਲੈਵਲ ਦੇ ਬੰਦੇ ਨਹੀਂ, ਮੁੱਕ ਦੀ ਗੱਲ ਹੀ ਮਕਾਈਂਦੇ ਵੀ ਸਾਡਾ ਲੈਵਲ ਨਹੀਂ। ਅੱਛਾ ਹੁਣ ਤੂੰ ਇੰਨਾ ਯਾਰ, ਤੁਸੀਂ ਇਹਨਾਂ ਨਾਲ ਰਿਸ਼ਤਾ ਜੋੜੋਗੇ ਕਾਸਟ ਦਾ ਨਾਮ ਲੈ ਕੇ ਕਿਹਾ ਜਾਂਦਾ, ਚਾਹੇ ਉਹ ਚਮਿਆਰ ਹੋਵੇ, ਮਜ਼੍ਹਬੀ ਸਿੱਖ ਹੋਵੇ, ਕੋਈ ਵੀ ਹੋਵੇ, ਅੱਛਾ ਇਹਨਾਂ ਨਾਲ ਰਿਸ਼ਤਾ ਜੋੜੋਗੇ? ਨਹੀਂ, ਇਹਨਾਂ ਦਾ ਪਿਛੋਕੜ ਦੇਖ ਲਓ, ਤੁਹਾਡੀ ਐਡਜਸਟਮੈਂਟ, ਤੁਹਾਡੇ ਲੈਵਲ ਦੇ ਬੰਦੇ ਨਹੀਂ, ਤੁਹਾਡੇ ਪਰਿਵਾਰ ਦੇ ਵਿੱਚ ਨਹੀਂ ਸੈਟਿੰਗ ਹੋਣੀ, ਤਾਂ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਜੀ ਸਮਾਜ ਦੇ ਵਿੱਚ। ਅਤੇ ਤੁਸੀਂ ਇਸ ਚੀਜ਼ ਨੂੰ ਨਕਾਰਦੇ ਹੋ ਕਿ ਇੱਦਾਂ ਨਹੀਂ ਹੋ ਸਕਦਾ? ਨਹੀਂ, ਦੇਖੋ ਆਰਥਿਕ ਤੰਗੀ ਜੇ ਆਪਾਂ ਕਹਿ ਦਈਏ ਕੁੜੀ ਨੂੰ ਵੀ, ਹਾਂ ਉਹ ਭਾਵੇਂ ਕੋਈ ਵੀ ਕਾਸਟ ਦਾ ਹੋਵੇ ਬੰਦਾ, ਜੇ ਆਪਾਂ ਇਹ ਗੱਲ ਕਹਿ ਦਈਏ ਸਿਰਫ ਅੰਨੇ ਹੋ ਕੇ ਆਪਾਂ ਵਿਆਹ ਕਰਾਉਣਾ ਵੀ ਕੁੜੀ ਕਹਿੰਦੇ ਲਵ ਮੈਰਿਜ ਕਰਾਉਣੀ ਹੈ, ਤਾਂ ਫਿਰ ਉਹ ਤਾਂ ਬਹੁਤ ਗਲਤ ਗੱਲ ਹੈ, ਕਿਉਂਕਿ ਐਂਡ ਨੂੰ ਬਾਅਦ 'ਚ ਫਿਰ ਮਾਂ ਪਿਓ ਦਰਵਾਜ਼ਿਆਂ ਦੇ ਉੱਤੇ ਬਹਿਣਾ। ਠੀਕ ਹੈ, ਇੱਕ ਉਹ ਚੀਜ਼ ਵੀ ਦੇਖਣੀ ਜ਼ਰੂਰੀ ਹੈ ਵੀ ਹਾਂ ਉਹ ਬੰਦਾ ਕੰਮ ਕਾਰ ਕੀ ਕਰ ਰਿਹਾ, ਕਿਉਂਕਿ ਜਦੋਂ ਪਿਆਰ ਦੇ ਵਿੱਚ ਹੁੰਦੇ ਕੁੜੀਆਂ ਕਿਤੇ ਨਾ ਕਿਤੇ ਨਾ, ਮੁੰਡੇ ਕੁੜੀਆਂ ਦੋਨੇ, ਉਹਨਾਂ ਨੂੰ ਸਿਰਫ ਐਂ ਹੁੰਦਾ ਵੀ ਬਸ ਇਹ ਵਿਆਹ ਕਰਾਉਣਾ, ਵਿਆਹ ਤੱਕ ਦਾ ਸੀਮਤ ਹੁੰਦਾ, ਉਹਨਾਂ ਨੂੰ ਗਾਂਹ ਵਾਲੇ ਆਉਣ ਵਾਲੇ ਫਿਊਚਰ ਦਾ ਨਹੀਂ ਪਤਾ ਹੁੰਦਾ, ਕੁੜੀਆਂ ਨੂੰ ਨਹੀਂ ਪਤਾ ਹੁੰਦਾ ਜ਼ਿਆਦਾਤਰ ਵੀ ਸਾਡੇ ਨਾਲ ਕੀ ਹੋਣਾ। ਇੱਕ ਵਾਰ ਸਿਰਫ ਚੰਦ ਕੁ ਦਿਨਾਂ ਦੀ ਖੁਸ਼ੀ ਹੁੰਦੀ ਵੀ ਹਾਂ ਬਾ ਵਿਆਹ ਕਰ, ਚਾਰ ਕੁ ਦਿਨ ਉਹ ਅੱਜ ਕੱਲ੍ਹ ਤਾਂ ਫੋਟੋ ਵੀਡੀਓ ਦਾ ਰਿਵਾਜ਼ ਆ, ਚਾਰ ਕੁ ਦਿਨ ਪੈਸੇ ਪੂਸੇ ਇਕੱਠੇ ਕਰਕੇ ਯਾਰਾਂ ਬਿੱਲੀਆਂ ਮੱਤ ਲੈ ਘੁੰਮਣ ਫਿਰਨ ਚੱਲੇ ਜਾਂਦੇ, ਬਾਅਦ 'ਚ ਉਹੀ ਬੰਦਾ ਉਹੀ ਕੁੜੀ ਹੈ ਜਿਹੜੀ ਬਾਅਦ 'ਚ ਕੰਮ 'ਤੇ ਲੱਗੀ ਫਿਰਦੇ, ਮੁੰਡਾ ਵਿਹਲਾ ਤੁਰਿਆ ਫਿਰਦਾ ਹੁੰਦਾ। ਇਹ ਵੀ ਚੀਜ਼ਾਂ ਹੈਗੀਆਂ, ਪਰ ਜ਼ਿਆਦਾਤਰ ਚੀਜ਼ਾਂ ਇਹ ਹੈਗੀਆਂ 50% ਆਪਾਂ ਇੱਧਰਲੀ ਪਾਸੇ ਹੀ ਲੱਗਦੇ ਹਾਂ, 50% ਕਾਸਟ ਵਾਲੇ ਪਾਸੇ ਹੀ ਲੱਗਦੇ ਹਾਂ। ਹੁਣ ਚਲੋ ਤੁਸੀਂ ਇੱਕ ਰਿਸ਼ਤਾ ਛੱਡ ਦਿਓ, ਜ਼ਿਆਦਾਤਰ ਤੁਸੀਂ ਦੇਖੋਗੇ ਜੇ ਜਿਹੜੇ ਘਰੇ ਬੰਦੇ ਕੰਮ ਕਰਦੇ ਆ, ਸੀਰੀ ਦੇ ਭਾਂਡੇ ਫਿਰ ਕਾਹਤੋਂ ਅੱਡ ਰੱਖੇ ਜਾਂਦੇ ਆ? ਚਲੋ ਇਹ ਤਾਂ ਵਿਆਹ ਸ਼ਾਦੀ ਵਾਲੇ ਤੁਸੀਂ ਟਾਂਟਾ ਹੀ ਨਹੀਂ ਵਿੜਦੇ, ਕਿਉਂ ਅੱਡ ਰੱਖੇ ਜਾਂਦੇ ਆ? ਕਿਉਂ ਉਹਨਾਂ ਨੂੰ ਇੱਕ ਅਲੱਗ ਤਰ੍ਹਾਂ ਸਮਝ ਆ ਜਾਂਦਾ ਪਿੰਡ ਦੇ ਵਿੱਚ ਅੱਡ ਘਰ ਹੁੰਦੇ ਆ ਵੀ ਇਹਨਾਂ ਦੇ, ਉਹ ਤਾਂ ਇਹਨਾਂ ਦੇ ਅੱਡ ਘਰ ਆ। ਹੁਣ ਮੈਂ ਉਹੀ ਫਿਰ ਗੱਲ ਉਹੀ ਸਿਵਿਆਂ ਵਾਲੀ ਆਏ ਨੇ ਜਾਂ ਗੁਰੂ ਘਰ ਵਾਲੀ ਆਏ ਨੀ ਆ, ਇਹ ਚੀਜ਼ਾਂ ਕਿਤੇ ਨਾ ਕਿਤੇ ਹੈਗੀਆਂ ਹੈਗੀਆਂ। ਹਾਂਜੀ ਹਾਂਜੀ, ਅੱਜ ਵੀ ਤੁਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਹੋ? ਮਹਿਸੂਸ ਕਰਦੇ ਨਹੀਂ, ਹੈਗੀਆਂ ਜੀ। ਹੁਣ ਤੁਸੀਂ ਖੁਦ ਤੁਸੀਂ ਆਪ ਹਾਂ ਕੀਤੀ ਹੈ ਨਾ ਜੀ, ਜਿਵੇਂ ਗੁਰੂ ਘਰ ਹੈਗੇ ਪਿੰਡਾਂ ਦੇ ਵਿੱਚ ਅੱਡ ਬਣੇ ਹੋਏ ਆ ਜਾਂ ਸਿਵੇ ਅੱਡ ਬਣੇ ਹੋਏ ਆ, ਬਹੁਤ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਵਿੱਚ ਕਮੀ ਆਪਾਂ ਦੇਖ ਲੈਂਦੇ ਜੀ। ਆਪਣੇ ਬੰਦੇ ਨਾ ਜਿਹੜੇ ਸਿੱਖ ਧਰਮ ਨਾਲ ਜ਼ਿਆਦਾ ਬੰਦੇ ਆ, ਆਪਾਂ ਵੀ ਚਲੋ ਸਿੱਖ ਧਰਮ ਨਾਲ ਜੁੜੇ ਹੋਏ ਹੈ ਨਾ, ਉਹ ਆਪਦੀਆਂ ਕਮੀਆਂ ਨਾ ਕਿਤੇ ਨਾ ਕਿਤੇ ਪਛਾਣਦੇ ਨਹੀਂ ਜਾਂ ਕੁਛ ਕਿਤੇ ਨਾ ਕਿਤੇ ਚੀਜ਼ਾਂ ਨੂੰ ਦੇਖਦੇ ਨਹੀਂ। ਹੁਣ ਵੈਸੇ ਕੋਈ ਗੱਲਬਾਤ ਹੋ ਜੇ ਤਾਂ ਭੱਜ ਕੇ ਪੈ ਜਾਂਦੇ ਵੀ ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਨਾ ਤਾਂ ਕਿਸੇ ਨੂੰ ਗਾਲ ਕੱਢਣ ਲੱਗੇ ਦੇਦੇ ਵੀ ਕੁੜੀ ਆ, ਕੋਈ ਵੀ ਕਿਤੇ ਨਾ ਕਿਸੇ ਨੂੰ ਭੁੱਲ ਹੋ ਗਈ ਹੈ ਨਾ, ਬਹੁਤ ਸਾਰੀਆਂ ਗੱਲਾਂ ਹੈਗੀਆਂ। ਹੁਣ ਇੱਕ ਪਾਠੀ ਦਾ ਭਗਲਾ ਲਈ ਇੱਕ, ਮੈਂ ਉਹ ਮੁੰਡਾ ਚੰਨੀ ਨਾਂ ਦਾ ਮੁੰਡਾ ਇੰਸਟਾਗ੍ਰਾਮ 'ਤੇ ਬਹੁਤ ਫੇਮਸ ਆ, ਉਹ ਕਾਪੀ ਕਰਕੇ ਪਾਉਂਦਾ, ਮੈਂ ਮੁੰਡੇ ਦਾ ਨਾਮ ਭੁੱਲ ਕੇ, ਚੰਨੀ ਕਲਾਕਾਰ ਹੈਗਾ ਮੁੰਡਾ, ਉਹ ਕਾਫੀ ਫਿਲਮ ਦੇ ਵਿੱਚ ਵੀ ਆਇਆ। ਅਤੇ ਉਹਦਾ ਜਦੋਂ ਘਰ ਦੇ ਵਿੱਚ ਉਹਦੇ ਗਏ ਇੰਟਰਵਿਊ ਕਰਨ, ਉਹ ਦੇਖਿਆ ਕਹਿੰਦੇ ਵੀ ਬੜਾ ਕੱਚਾ ਘਰ ਆ, ਉਹ ਕਹਿੰਦਾ ਵੀ ਮੇਰੇ ਜਿੰਨਾ ਵੀ ਪਰਿਵਾਰ ਆ ਸਾਰਾ ਸਿੱਖ ਧਰਮ ਦੇ ਵਿੱਚ ਆ, ਮੇਰੇ ਮਾਂ ਪਿਓ ਨੇ ਅੰਮ੍ਰਿਤ ਛਕਿਆ ਹੋਇਆ, ਮੇਰੇ ਭਰਾ ਨੇ ਸਾਰੇ ਗੁਰੂ ਘਰ ਦੇ ਵਿੱਚ
ਪਾਠੀ ਹੁਣ ਹੈਗੇ ਆ, ਪਰ ਮੈਂ ਸੁਣਿਆ ਵੀ ਪਾਠੀਆਂ ਘਰਾਂ ਛੱਤਾਂ 'ਚ ਆਉਂਦੀਆਂ। ਆਪਾਂ ਵੈਸੇ ਆਪਾਂ ਫੁਕਰੇ ਲੋਕ ਬਹੁਤ ਹੈਗੇ ਆਪਾਂ, ਕਿਉਂਕਿ ਆਪਾਂ ਵਿਆਹ ਦੇ ਵਿੱਚ ਨਾ ਜਦੋਂ ਫੰਕਸ਼ਨ ਹੁੰਦਾ ਆਪਣੇ ਮੇਰੇ ਵਰਗਾ ਵੈਸੇ ਹੀ ਫੁਕਰਾ ਪੈਸੇ ਚੱਕ ਚੱਕ ਕੇ ਯਾਰਾਂ ਵੇਲੇ ਤੋਂ ਵਾਰੀ ਜਾਓ, ਮਾਂ ਪਿਓ ਤੋਂ ਵਾਰੀ ਜਾਓ, ਹੈ ਨਾ। ਪਰ ਜਦੋਂ ਦਿਨ ਦੇ ਵੇਲੇ ਪਾਠ ਹੁੰਦਾ ਤਾਂ ਉਦੋਂ ਆਪਾਂ ਬਹੁਤ ਕੰਪਰੋਮਾਈਜ਼ ਕਰਦੇ ਵੀ, ਨਹੀਂ ਤਾਂ ਤੁਹਾਨੂੰ ਤਾਂ 1100 ਰੁਪਏ ਦੇਵਾਂਗੇ ਆਪਣੇ ਧਰਮ ਦੇ ਬੰਦੇ। ਤੁਸੀਂ ਹੁਣ ਕੁੜੀ ਦਾ ਰੌਲਾ ਪਿਆ ਸੀ, ਕੁੜੀ ਕਹਿੰਦੀ ਮੇਰਾ ਪਿਓ 40 ਦਾ ਰੌਲਾ ਪਿਆ, ਉਹ ਫਟਾਫਟ ਉਹਦੇ ਘਰੇ ਜਿਹੜੇ ਪੋਲੀਟਿਕਸ ਵਾਲੇ ਬੰਦੇ ਸੇਵਾ ਕਰਨ ਪਹੁੰਚ ਗਏ। ਚਲੋ ਮੈਂ ਕਹਿੰਦਾ ਸੇਵਾ ਕਰੋ, ਹਰ ਇੱਕ ਬੰਦਾ ਸੇਵਾ ਕਰੋ, ਪਰ ਜਿਹੜੇ ਬਾਕੀ ਜਿਹੜੇ ਜਿਹਨਾਂ ਦੀਆਂ ਵਿਚਾਰਿਆਂ ਗੁਰੂ ਘਰ ਜਿਹੜੇ ਜਾਪ ਕਰ, ਜਿਹਨਾਂ ਛੱਤਾਂ 'ਚ ਆਉਂਦੀਆਂ, ਜਦੋਂ ਬੰਦੇ ਦਾ ਮਨ ਟੁੱਟ ਜਾਂਦਾ, ਕੋਈ ਕੁਛ ਨਾ ਕੁਛ ਤਾਂ ਸਟੈਂਡ ਰੱਖਦੇ ਆ ਵੀ ਸਾਡੀ ਬਸ ਗੁਰੂ ਦੇ ਲੜ ਲੱਗ ਗਏ, ਪਰ ਕਿਤੇ ਨਾ ਕਿਤੇ ਜਦੋਂ ਜਵਾਕ ਇਹਦੀਆਂ ਫਿਰ ਗਾਂਹ ਵਾਲੀ ਪੀੜ੍ਹੀ ਗੱਲ ਕਰਦੇ ਸਾਡੇ ਲਈ ਬਣਿਆ ਕੀ ਆ, ਉਹ ਕਿਤੇ ਨਾ ਕਿਤੇ ਫਿਰ ਉਹ ਕੰਪਰੋਮਾਈਜ਼ ਦਾ, ਫਿਰ ਕਿਤੇ ਨਾ ਕਿਤੇ ਜਾ ਕੇ ਬੰਦਾ ਧਰਮ ਤੋਂ ਟੁੱਟਦਾ। ਅਤੇ ਆਪਣਾ ਫਰਜ਼ ਆ, ਆਪਾਂ ਪਿੰਡ ਦੇ ਵਿੱਚ ਆਪਾਂ ਇੱਕ ਤਾਂ ਬੰਦਾ ਹੁੰਦਾ ਨਾ ਮੋਹਦਵਾਰ ਬਣਦਾ, ਬਈ ਮੈਂ ਤਾਂ ਸਾਡੇ ਕੋਲ ਤਾਂ 3-3 ਗੱਡੀਆਂ ਮਿਲਦੇ ਆ, ਪਰ ਪਿੰਡ ਦੇ ਵਿੱਚ ਕਦੇ ਕਿਸੇ ਉਹਨੇ ਜਾ ਕੇ 4 ਬੰਦਿਆਂ ਦੀ ਸੇਵਾ ਕੀਤੀ ਆ? ਬਹੁਤ ਘੱਟ ਇਹੋ ਜਿਹੇ ਬੰਦੇ ਹੁੰਦੇ ਆ, ਪਰ ਕਹਿੰਦੇ ਨਹੀਂ ਨਹੀਂ ਆਪਾਂ ਤਾਂ ਵੀ ਚੰਡੀਗੜ੍ਹ ਜਾ ਕੇ ਪਾਹਾ ਡੋਨੇ, ਆਪਾਂ ਤਾਂ ਐਂ ਕਰਦੇ ਹਾਂ। ਪਰ ਕੋਈ 10-12 ਘਰ ਬਹੁਤ ਚੰਗੇ ਘਰ ਹੁੰਦੇ ਆ, ਜੇ ਕਿਤੇ ਹਰੇਕ ਚੰਗੇ ਚੰਗੇ ਘਰ ਨਾ ਪਿੰਡ ਦੇ ਵਿੱਚ ਆਪਦੇ ਕੋਈ 4 ਘਰਾਂ ਦੀ ਡਿਊਟੀ ਲਾ ਦੇਣ, ਵਿਆਹ ਕੇ ਸਿਹਤ ਤਾਂ ਬਹੁਤ ਸੁਧਾਰ ਹੋ ਸਕਦਾ। ਪਰ ਨਹੀਂ, ਤੁਸੀਂ ਧਰਮ ਪਰਿਵਰਤਨ ਦੀ ਗੱਲ ਕਰਦੇ ਹੋ ਵੀ ਸਾਨੂੰ ਜਿਹੜਾ ਸਿੱਖ ਧਰਮ ਦੇ ਵਿੱਚ ਪਹਿਲੀ ਗੱਲ ਤਾਂ ਬਰਾਬਰਤਾ ਨਹੀਂ ਮਿਲ ਰਹੀ, ਜਿਹੜੀ ਮਿਲਣੀ ਚਾਹੀਦੀ ਹੈ ਵੀ ਗੁਰੂ ਘਰ ਅੱਡ ਕਰ ਤੇ ਜਿਹੜੀ ਸ਼ਡਿਊਲ ਕਾਸਟ ਹੈ ਹਨਾ, ਉਹਦੇ ਉਹਨੂੰ ਘਰੇਨਾ ਦੀ ਨਜ਼ਰ ਨਾਲ ਕਿਤੇ ਨਾ ਕਿਤੇ ਹਜੇ ਮਤਲਬ ਦੇਖਿਆ ਜਾਂਦਾ। ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੇ 4 ਧੜਲ ਚੌਧਰੀ ਤੁਹਾਨੂੰ ਘਰੇਨਾ ਦੀ ਨਜ਼ਰ ਨਾਲ ਦੇਖ ਰਹੇ ਆ ਤੇ ਤੁਸੀਂ ਉਸ ਆਪਣੇ ਗੁਰੂ ਨਾਲ ਟੁੱਟ ਜਾਓਗੇ, ਤੁਸੀਂ ਭੁੱਲ ਜਾਓਗੇ ਕਿ 10ਵੇਂ ਪਿਤਾ ਨੇ ਕੀ ਕੁਰਬਾਨੀਆਂ ਕੀਤੀਆਂ ਨੇ। ਆਪਾਂ ਗੁਰੂ ਘਰੋਂ ਮੈਂ ਟੁੱਟਣ ਦੀ ਨਹੀਂ ਗੱਲ ਕਰ ਰਿਹਾ, ਸ਼ਡਿਊਲ ਕਾਸਟ ਦੇ ਵਿੱਚ ਵੀ ਇਹੀ ਗੱਲ ਕੀਤੀ ਆ, ਆਉਣ ਵਾਲੀ ਪੀੜ੍ਹੀ ਸਮਝਾ ਲਿਆ ਇਹਨਾਂ ਨੂੰ ਧਰਮਾਂ ਵਿੱਚ ਚਲ ਜਾਏ। ਆਪਾਂ ਗੁਰੂ ਘਰੋਂ ਟੁੱਟਣ ਦੀ ਗੱਲ ਨਹੀਂ ਕੀਤੀ, ਸਿਰਫ ਉਹਦਾ ਦੁੱਖ ਦੱਸਿਆ ਵੀ ਹਜੇ ਅੱਜ ਦੇ ਟਾਈਮ 'ਚ ਲੋਕਾਂ ਦੇ ਦਿਲਾਂ 'ਚ, ਲੋਕਾਂ ਦੇ ਦਿਮਾਗ ਦੇ ਵਿੱਚ ਕੀ ਹੈਗੀ ਚੀਜ਼। ਗੁਰੂ ਘਰੋਂ ਟੁੱਟੇ ਆਪਾਂ ਜਵਾਂ ਨੇ, ਮੇਰੇ ਤਾਂ ਘਰ ਦੇ ਹੁਣ ਜਾਂਦੇ ਆ, ਬਹੁਤ ਸਾਰੇ ਘਰ ਜਿਹੜੇ ਹਜੇ ਵੀ ਨਾਲ ਜੁੜੇ ਹੋਏ ਆ, ਪਰ ਇੱਕ ਸਿਰਫ ਸੋਚ ਬਦਲਣ ਦੀ ਗੱਲ ਕੀਤੀ ਹੈ, ਸੋਚ ਨਾਲ ਹੀ। ਹੁਣ ਆਪਾਂ ਜੇ ਕਹਿ ਦਈਏ ਸਰਕਾਰਾਂ ਆ ਕੇ ਪੰਜਾਬ ਨੂੰ ਕੋਈ ਚੰਗਾ ਲੈ ਕੇ ਆਉਣਗੀਆਂ, ਤਾਂ ਪਹਿਲਾਂ ਆਪਾਂ ਨੂੰ ਲੋਕਾਂ ਨੂੰ ਸੋਚ ਬਦਲਣੀ ਚਾਹੀਦੀ ਹੈ ਆਪਣੀ, ਕਿਤੇ ਨਾ ਕਿਤੇ ਆਪਾਂ ਆਪਦੀ ਚੰਗੀ ਸੋਚ ਦੇ ਮਾਲਕ ਬਣਾਂਗੇ। ਆਪਾਂ ਜਿਹੜੇ ਐਵੇਂ ਲੀਡਰ ਬਣਾਏ ਹੋਏ ਆ ਜਾਂ ਐਵੇਂ ਜਿਵੇਂ ਤਾਬੇਦਾਰ ਜਿਹੜੇ ਮੇਨ ਰੱਖੇ ਹੋਏ ਆ, ਆਪਾਂ ਉਹ ਬੰਦੇ ਪਹਿਲਾਂ ਵੀ ਗੱਲ ਕਰ ਛਾਂਟਣ ਦੀ ਲੋੜ ਆ। ਹੁਣ ਆਪਾਂ ਕਈ ਵਾਰੀ ਕਹਿੰਦੇ ਸਿੱਖ ਧਰਮ ਆਪਾਂ ਨੂੰ ਖਾਲਸਾ ਰਾਜ ਚਾਹੀਦਾ, ਪਰ ਖਾਲਸਾ ਰਾਜ ਲਈ ਵੀ ਆਪਾਂ ਨੂੰ ਕੋਈ ਘੈਂਟ ਬੰਦਾ ਚਾਹੀਦਾ ਵੀ ਜਿਹੜਾ ਯਾਰ ਆਪਾਂ ਕਹਿ ਸਕੇ ਮਹਾਰਾਜਾ ਰਣਜੀਤ ਸਿੰਘ ਵਰਗੀ ਝਲਕ ਪੈਂਦੀ ਆ। ਤੁਹਾਨੂੰ ਕੋਈ ਲੱਗਦਾ ਇੰਨੇ ਬੰਦੇ ਹੈਗੇ? ਕੋਈ ਇੱਕ ਬੰਦਾ ਲੱਗਦਾ ਤੁਹਾਨੂੰ ਵੀ ਹਾਂ ਜਿਹੜਾ ਆਪਾਂ ਯਾਰ ਇਹਨੂੰ ਆਪਾਂ ਮੇਨ ਬੰਦਾ ਰੱਖਾਂਗੇ ਜਦੋਂ ਆਪਣਾ ਖਾਲਸਾ ਰਾਜ? ਕੋਈ ਹੈ ਨਹੀਂ ਬੰਦਾ, ਤੇ ਫਿਰ ਆਪਾਂ ਕਿਹੜੇ ਹੌਸਲੇ ਨਾਲ ਕਹੀ ਨੇ ਵੀ ਖਾਲਸਾ ਰਾਜ ਆਊਗਾ? ਹਾਂ ਵੀ ਜੇ ਗੱਲ ਕੀਤੀ ਜਾਵੇ ਵੀ ਸਿੱਖ ਦੀ ਤੇ ਜਿਹੜੇ ਹੁਣ ਰਾਜ ਕਰ ਰਹੇ ਆ ਉਹ ਵੀ ਤਾਂ ਦਸਤਾਰਾਂ ਵਾਲੇ ਹੀ ਆ, ਉਹ ਵੀ ਤਾਂ ਇੱਕ ਤਰੀਕੇ ਦੇ ਨਾਲ ਸਿੱਖਾਂ ਦੇ ਘਰਾਂ ਚੋਂ ਹੀ ਆ। ਦਸਤਾਰਾਂ ਵਾਲੇ ਨਹੀਂ, ਦਸਤਾਰ ਟੈਂਪਰੇਰੀ। ਹੁਣ ਮੈਂ ਲੈਣਾ ਹੋਰ ਸੀ, ਇੱਕ ਗਾਣਾ ਸੀਗਾ ਲਿਖਣਾ, ਉਹ ਲਿਖਿਆ ਸੀ ਪਰ ਮੈਂ ਕੀਤਾ ਨਹੀਂ। 4 ਦਿਨ ਪੱਗਾਂ ਬੰਨ ਸਿਰ ਉੱਤੇ ਠੱਗਣਗੇ, ਇੱਕ ਵਾਰ ਤੁਹਾਨੂੰ ਤਾਂ ਜੀ ਆਪਣੇ ਲੱਗਣਗੇ, ਹੱਥ ਜੋੜ ਕਹਿਣਗੇ ਜੀ ਤੁਹਾਡੇ ਸੀ ਨਾਲ, ਤੁਹਾਨੂੰ ਵਰਾਉਣਗੇ ਦੇ ਕੇ ਆਟਾ ਦਾ ਨਾ, ਤੁਸੀਂ ਪੁੱਛਿਓ ਸਵਾਲ ਕਾਹਦਾ ਆਇਆ ਬਦਲਾਵ, ਗੁਰੂ ਸਾਹਿਬ ਦੀ ਬੇਅਦਬੀ ਦਾ ਕਿੱਥੇ ਇਨਸਾਫ, ਛੜੇਆਮ ਸੜਕਾਂ 'ਤੇ ਮਾਰਤਾ ਸੀ ਜੋ ਇਨਸਾਫ ਲਈ ਰੋਂਦਾ ਅੱਜ ਸਿੱਧੂ ਦਾ ਪਿਓ। ਪੱਗਾਂ ਮੰਨ ਕੇ ਹੁਣ ਕਰਮਜੀਤ ਅਨਮੋਲ ਦੀ ਗੱਲ ਕਰਦਾ, ਸਾਡੇ ਇੱਥੇ ਵੋਟਾਂ ਵੇਲੇ ਆਏ ਆ, ਮੈਂ ਤਾਂ ਸਰਬਜੀਤ ਸਿੰਘ ਖਾਲਸੇ ਨੂੰ ਸਪੋਰਟ ਕੀਤੀ ਸੀਗੀ, ਹੈ ਨਾ ਜੀ। ਹੁਣ ਉਹ ਬੰਦੇ ਉਦੋਂ ਕਹਿੰਦੇ ਸੀਗੇ ਜਿਹੜੇ ਵਾਅਦੇ ਕੀਤੇ ਸੀਗੇ ਵੀ ਉਹਨਾਂ ਨੇ ਵੀ ਅਸੀਂ ਦੇਖਾਂਗੇ ਫਰੀਦਕੋਟ ਨੂੰ ਹਰਿਆ ਭਰਿਆ ਬਣਾਵਾਂਗੇ, ਚਲੋ ਨਹੀਂ ਵੋਟ ਮਿਲੀ ਉਹਨਾਂ ਨੂੰ, ਹੈ ਨਾ। ਪਰ ਅਗਲੀ ਵਾਰ ਵੀ ਵੋਟਾਂ 'ਚ ਖੜਾ ਹੋਣਾ ਪੈ ਸਕਦਾ, ਸੇਵਾ ਹੀ ਕਰਨੀ ਆ। ਅਤੇ ਹੁਣ ਤਾਂ ਭਗਵੰਤ ਮਾਨ ਬਹੁਤ ਖਾਸ ਉਹਨਾਂ ਦਾ, ਉਹਨਾਂ ਨੇ ਜਾ ਕੇ ਤੁਹਾਨੂੰ ਲੱਗਦਾ ਗੱਲ ਕੀਤੀ ਹੋਊਗੀ ਜਾਂ ਉਸ ਤੋਂ ਬਾਅਦ ਕੋਈ ਉਹਨਾਂ ਨੇ ਵੀਡੀਓ ਲਾਈਵ ਹੋ ਕੇ ਕਿਹਾ ਹੋਵੇ ਵੀ ਹਾਂ ਫਰੀਦਕੋਟ ਵਾਸੀਆਂ 'ਤੇ ਵੀ ਚਲੋ ਬਹੁਤ ਮਾਣ ਸਨਮਾਨ ਤਾਂ ਚੰਗੀ ਵੋਟ ਪਈ ਆ ਉਹਨਾਂ ਵਾਸਤੇ, ਵੀ ਜਿਹੜੇ ਜਿਹੜੇ ਵਾਅਦੇ ਆਪਾਂ ਬਾਅਦ 'ਚ ਕਿਤੇ, ਚਲੋ ਮੈਂ ਕਿਤੇ ਨਾ ਕਿਤੇ ਪੂਰੇ ਸਾਰੇ ਨਹੀਂ ਕਰਦਾ, ਕਿਤੇ ਨਾ ਕਿਤੇ ਪੂਰੇ ਜਿਵੇਂ ਹਰਿਆ ਭਰਿਆ ਬਣਾਉਣ ਦੀ ਗੱਲ ਕੀਤੀ ਸੀ, ਜਿਹੜੀਆਂ
ਫਰੀਦਕੋਟ ਜ਼ਿਲ੍ਹੇ ਦੀਆਂ ਸਮੱਸਿਆਵਾਂ ਕਿਤੇ ਨਾ ਕਿਤੇ ਜਾ ਕੇ ਬੋਲੀਆਂ ਨਹੀਂ, ਸਿਰਫ ਵੋਟਾਂ ਵਾਲੇ ਤੱਕ। ਉਦੋਂ ਬਾਅਦ 'ਚ ਤੁਸੀਂ ਹੁਣ ਵੀਡੀਓ ਦੇਖ ਲਓ, ਉਨੇ ਦਿਨਾਂ ਤੱਕ ਪੱਗ ਨਹੀਂ ਸਿਰ ਤੋਂ ਲਈ, ਜਿੱਦਣ ਉਹ ਵੋਟਾਂ ਚਲੇ ਗਏ ਨਾਲ ਦੀ ਨਾਲ ਪੱਗ ਲੈ ਗਈ ਸਿਰ ਤੋਂ। ਇਹਨਾਂ ਨੂੰ ਆਪਾਂ ਕਿਵੇਂ ਪੱਗਾਂ ਵਾਲੇ ਕਹਿ ਦਿੰਦੇ? ਇਹ ਪੱਗਾਂ ਵਾਲੇ ਨਹੀਂ, ਪੱਗਾਂ ਵਾਲੇ ਬੰਦੇ ਤਾਂ ਉਹਨਾਂ ਦੀ ਗੱਲਬਾਤ ਹੀ ਵੱਖਰੀ ਹੁੰਦੀ। ਅੱਛਾ, ਜਿਹੜੇ ਮੇਨ ਮੈਂ ਘੈਂਟ ਬੰਦੇ ਦੀ ਗੱਲ ਕਰਦਾ ਜੀ। ਤੁਸੀਂ ਡੇਰਾਬਾਦ 'ਤੇ ਵੀ ਗਾਣਾ ਕਰਿਆ ਸੀ, ਡੇਰਾਬਾਦ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਡੇਰਾਬਾਦ ਕਿਵੇਂ ਪੰਜਾਬ 'ਚ ਆਇਆ, ਕਿਵੇਂ ਇਹ ਪੰਜਾਬ ਨੂੰ ਘੁਣ ਵਾਂਗੂ ਖਾਂਦਾ ਜਾ ਰਿਹਾ, ਅਤੇ ਲੋਕਾਂ ਦੇ ਕੋਲ ਤਕਲੀਫਾਂ ਬਹੁਤ ਹੈ, ਦੁੱਖ ਬਹੁਤ ਹੈ, ਅਤੇ ਕੋਈ ਸੁਣਨ ਵਾਲਾ ਨਹੀਂ ਹੈਗਾ, ਤਾਂ ਫਿਰ ਉਹ ਜਿਹੜੇ ਲੋਕ ਹੈ ਹੈ ਨਾ, ਉਹ ਕਿਤੇ ਨਾ ਕਿਤੇ ਗੁੰਮਰਾਹ ਹੋ ਕੇ ਇਹਨਾਂ ਡੇਰਿਆਂ ਦੇ ਰਾਹਾਂ 'ਤੇ ਪੈ ਗਏ ਆ। ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਉਹੀ ਪਹਿਲਾਂ ਵਾਲੀ ਗੱਲ ਦੱਸ ਕੇ ਨਾ, ਜਿਹੜੀ ਗੁਰੂ ਘਰਾਂ ਵਾਲੀ ਗੱਲ ਕੀਤੀ ਅੱਡੋ ਅੱਡ। ਦੂਜੀ ਗੱਲ ਇਹਦੇ ਵਿੱਚ ਇਹ ਆ, ਜਿਵੇਂ ਹੁਣ ਬਾਬੇ ਜਿਹੜੇ ਆਉਂਦੇ ਆ, ਕਿਤੇ ਨਾ ਕਿਤੇ ਹਰੇਕ ਜਿਹੜੀ ਆਪਾਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਗੱਲ ਦੇਖਦੇ ਹਾਂ, ਜਿਵੇਂ ਬੱਬੂ ਮਾਨ ਸਾਹਿਬ ਦਾ ਗਾਣਾ ਸੀ ਅੱਜ ਕੱਲ੍ਹ ਦੀਆਂ ਬੀਬੀਆਂ ਨੇ ਬੰਦੇ ਗੱਲ ਰੱਬ ਦੀ ਤਖਤੀ ਪਾਤੀ, ਹੈ ਨਾ। ਜ਼ਿਆਦਾਤਰ ਬੀਬੀਆਂ ਰੋਲ ਹੁੰਦਾ, ਥੋੜ੍ਹੀ ਅਨਪੜ੍ਹ ਤਾਂ ਕਿਤੇ ਨਾ ਕਿਤੇ ਆਪਾਂ ਇਹਨੂੰ ਕਹਿ ਸਕਦੇ ਹਾਂ, ਥੋੜ੍ਹਾ ਪੜ੍ਹਿਆ ਲਿਖਿਆ ਹੋਏ ਬੰਦਾ ਤਾਂ ਗੱਲ ਹੋਰ ਆ। ਉਹ ਨਾਲ ਦੀ ਨਾਲ ਬੱਚੇ ਨੂੰ ਕਦੇ ਡਾਕਟਰ ਨੂੰ ਹੀ ਦਿਖਾਉਣਾ ਕੁਛ ਹੀ, ਇਹਦੇ ਥੌਲਾ ਪਾ ਲਿਓ ਬਾਬੇ ਤੋਂ, ਇਹ ਤਾਂ ਇੱਕ ਮੇਲਾ ਦਾ ਅਸਰ ਹੋ ਗਿਆ। ਉਹ ਭਾਵੇਂ ਜਵਾਕ ਜਿਹੜਾ 17-18 ਸਾਲ ਦਾ ਹੁੰਦਾ, ਉਹਨੂੰ ਕਹਿਣਗੇ ਤਾਂ ਸਾਡੇ ਮੁੰਡੇ ਪਤਾ ਨਹੀਂ ਕਿਹੜਾ ਚੁੱਪ ਰਹਿੰਦਾ, ਉਹ ਭਾਵੇਂ ਆਸ਼ਕੀ ਦਾ ਮਾਂਝਾ ਹੋਵੇ, ਉਹ ਵਿਚਾਰੇ ਦਾ ਦਿਲ ਟੁੱਟ ਗਿਆ ਹੋਵੇ, ਫੋਨ 'ਤੇ ਉਹਦੇ ਨਾਲ ਕੀ ਚੱਲ ਰਿਹਾ, ਫੋਨ 'ਤੇ ਤਾਂ ਲੱਗਿਆ ਰਹਿੰਦਾ ਹੈ ਨਾ, ਫਿਰ ਵੀ ਉਹਨੂੰ ਕਹੀ ਇੱਦਾਂ ਦਾ ਇੱਥੇ ਕਿਸੇ ਨੇ ਕੁਛ ਕਰਤਾ, ਉਹ ਚੰਗਾ ਭਲਾ ਕਦੇ 10 ਮਿੰਟ ਉਹਨੂੰ ਬੈਠ ਕੇ ਗੱਲ ਸਾਰੀ ਕਲੀਅਰ ਕੀਤੀ ਹੋਵੇ। ਮਾਂ ਪਿਓ ਨਾ ਗੱਲ ਨਹੀਂ ਸੁਣਦੇ, ਡਰਾਵਾ ਬਹੁਤ ਰੱਖਦੇ ਬੱਚਿਆਂ ਨੂੰ, ਉਹ ਕਿਤੇ ਨਾ ਕਿਤੇ ਫਿਰ ਉਹ ਜ਼ਿਆਦਾਤਰ ਜਿਵੇਂ ਡੇਰਾਬਾਦ ਦੇ ਵਿੱਚ ਆਪਾਂ ਕਹਿ ਦਈਏ, ਜਦੋਂ 4 ਬੰਦੇ ਘੈਂਟ ਘੈਂਟ ਜਾਣ ਲੱਗਦੇ ਹੋ, ਅਗਲਾ ਕਹਿੰਦਾ ਵੀ ਹਾਂ ਸਾਡਾ ਕੰਮ ਹੋ ਗਿਆ, ਭਾਵੇਂ ਪੈਸੇ ਦੇ ਕੇ ਭੇਜਿਆ, ਘੱਟੋ ਘੱਟ 10 ਨਹੀਂ ਤਾਂ 2 ਬੰਦੇ ਜਾਂ 2-2 ਕਰਕੇ ਹੀ ਹੌਲੀ ਹੌਲੀ ਬੰਦੇ ਜੁੜਿਆ। ਪਰ ਕਈ ਡੇਰੇ ਵਾਲਿਆਂ ਦਾ ਕੰਮ ਮੈਨੂੰ ਵਧੀਆ ਲੱਗਦਾ, ਜਿਵੇਂ ਬਿਆਸ ਡੇਰੀ ਵਾਲੇ ਆ, ਇਹ ਸਫਾਈ 'ਤੇ ਬੜਾ ਧਿਆਨ ਦਿੰਦੇ ਆ, ਚੰਗੇ ਕੰਮ ਵੀ ਕਰਦੇ, ਅੰਦਰਲੇ ਖਾਤੇ ਪਤਾ ਨਹੀਂ ਕੀ ਸਿਸਟਮ ਹੈ ਕੀ ਨਹੀਂ। ਹੁਣ ਜਿਹੜੇ ਵੈਸੇ ਸਿਰ ਘੁਮਾਉਣ ਵਾਲੇ ਡੇਰਿਆਂ ਦੀ ਗੱਲ ਕਰ ਲਈ, ਤਾਂ ਨਿਹਰਾ ਪਖੰਡ ਆ, ਐਵੇਂ 4 ਕੁ ਖੜਾ ਕਰਕੇ ਆਉਂਦਾ। ਹੁਣ ਮੰਨ ਕੇ ਚੱਲੋ, ਮੈਂ ਤੁਹਾਨੂੰ ਕਹਿਦਾ ਵੀ ਗਗਨ, ਤੁਸੀਂ ਤਾਂ ਬੜੇ ਸਾਫ਼ ਦਿਲ ਦੇ ਹੋ, ਤੁਸੀਂ ਤਾਂ ਕਦੇ ਕਿਸੇ ਦਾ ਮਾੜਾ ਕੀਤਾ ਨਹੀਂ, ਪਰ ਹਰੇਕ ਤੋਂ ਬੰਦਾ ਥੋੜ੍ਹਾ ਮਾੜਾ ਕਰ ਜਾਂਦਾ, ਹਰੇਕ ਬੰਦਾ ਨਾ ਆਪਦੇ ਆਪ ਨੂੰ ਦੋਤੋ ਤਾਂ ਸਮਝਦਾ, ਉਹਨੂੰ ਐਂ ਲੱਗਦਾ ਯਾਰ ਮੇਰੇ ਬਾਰੇ ਗੱਲ ਕੀਤੀ, ਸੱਚੀ ਯਾਰ ਮੇਰੇ ਨਾਲ ਹੁੰਦਾ, ਮੇਰੇ ਨਾਲ ਕੋਈ ਨਹੀਂ ਖੜਦਾ, ਉਹ ਕਿਤੇ ਨਾ ਕਿਤੇ ਫਿਰ ਉਹ ਬੰਦਾ ਪੈਰ ਹੀ ਫੜ ਲੈਂਦਾ ਵੀ ਰੱਬ ਤੂੰ ਹੀ ਆ। ਫਿਰ ਕਲਾਕਾਰਾਂ ਦੀ ਗੱਲ ਵਾਲੀ ਹੈ, ਕਲਾਕਾਰ ਜਾਂਦੇ ਆ, ਹੁਣ ਮੈਂ ਮੇਰੇ ਯਾਰ ਕਹਿੰਦਾ ਡੇਰਾਬਾਦ 'ਤੇ ਬੋਲਦਾ, ਹਰ ਇੱਕ ਤਰ੍ਹਾਂ ਹਰ ਇੱਕ ਪੰਜਾਬ ਦੇ ਮੁੱਦੇ ਬੋਲਦਾ, ਤਾਂ ਹੀ ਉਹ ਘਰ ਬੈਠੇ ਆ। ਪਰ ਜਿਹੜੇ ਸਾਈਂ ਜੀ ਕਹਿ ਕੇ ਗੁਣ ਗਾਉਂਦੇ ਆ ਇਹਨਾਂ ਦੇ, ਉਹਨਾਂ ਦੇ ਵਧੀਆ ਪ੍ਰੋਗਰਾਮ ਲੱਗਦੇ, ਨਾਲੇ ਤਾਂ ਨੋਟਾਂ ਦੀਆਂ ਬੋਰੀਆਂ ਸੱਟੀਆਂ ਜਾਂਦੀਆਂ ਉੱਤੋਂ ਵਧੀਆ। ਫਿਰ ਜਦੋਂ ਜਾਂਦੇ ਆ, ਫਿਰ ਉੱਥੇ ਜਾ ਕੇ ਠੀਕ ਆ, ਗਾਉਣਾ ਤੁਹਾਡਾ ਪੇਸ਼ਾ, ਤੁਸੀਂ ਗਾਓ, ਪਰ ਠੀਕ ਆ, ਤੁਸੀਂ ਉੱਥੇ ਰੱਬ ਨਾ ਨਾ ਬਣਾਓ ਵੀ ਹਾਂ ਹਰ ਇੱਕ ਬੰਦਾ ਤੁਸੀਂ ਦੇਖਿਓ ਕਿਸੇ ਨਾ ਕਿਸੇ ਵੀਡੀਓ, ਇਹ ਤਾਂ ਮੇਰਾ ਪਿਓ ਆ, ਸਾਡੇ ਫਲਾਣਾ ਹੋ ਗਿਆ ਸੀ, ਉਦੋਂ ਆਏ ਹੋ ਗਿਆ ਸੀ, ਆਏ ਹੋ ਗਿਆ ਸੀ, ਠੀਕ ਆ, ਆਪਾਂ ਕਹਿੰਦੇ ਜਿਹਦੀ ਜਿੱਥੇ ਲੱਗੀ ਹੈ ਲੱਗੀ ਰਹਿਣ ਦਿਓ, ਹੈ ਨਾ। ਪਰ ਇਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਜਿੰਨੀਆਂ ਵੀ ਨੀਤੀਆਂ ਤੁਸੀਂ ਲਾ ਲਓ, ਕਲਾਕਾਰਾਂ ਦੀਆਂ ਲਾ ਲਓ ਜਾਂ ਪੋਲੀਟਿਕਸ ਵਾਲੇ ਬੰਦੇ ਲਾ ਲਓ, ਵੋਟਾਂ ਦੇ ਨੇੜੇ ਤੇੜੇ ਜਾ ਕੇ ਬਹਿੰਦੇ ਆ, ਇਹ ਵੀ ਪੋਲੀਟਿਕਸ 'ਚ ਕਿਤੇ ਨਾ ਕਿਤੇ ਖੜ੍ਹੇ ਕੀਤੇ ਬੰਦੇ, ਵੀ ਇਹਨਾਂ ਮਗਰ 4 ਬੰਦੇ ਹੋਣਗੇ ਤਾਂ ਸਾਨੂੰ ਵੋਟ ਵੇਲੇ ਹੈਲਪ ਹੋਊਗੀ। ਹੁਣ ਦਿਮਾਗ ਹੁਣ ਇਹ ਮੈਂਟਲੀ ਨਾ ਘੁਮਾਉਣ ਵਾਲੀ ਗੱਲ ਹੁੰਦੀ ਆ, ਹੁਣ ਤੁਸੀਂ ਸੋਨੂੰ ਸਿੱਧੂ ਵਾਲਾ ਦੇਖਿਆ ਹੋਣਾ, ਹੁਣ ਕਲਾਕਾਰ ਉਹਨੂੰ ਪ੍ਰਮੋਟ ਥੋੜ੍ਹੀ ਕਰ ਰਹੇ, ਸਗੋਂ ਦੀ ਉਹ ਤੋਂ ਖਾ ਰਿਹਾ। ਇੱਕ ਵਾਰ ਹਰਮਨ ਚੀਮਾ ਆਇਆ ਸੀ ਪਹਿਲਾਂ, ਉਹ ਹਰਮਨ ਚੀਮਾ ਜਿੰਨੇ ਉਹਦੇ ਨਾਲ ਕਲਾਕਾਰ ਸੀ, ਉਹਨਾਂ ਨੇ ਜਾਣ ਕੇ ਚੱਕਿਆ ਵੀ ਇਹਦੀ ਪਬਲਿਸਿਟੀ ਹੋ ਗਈ, ਉਹਨਾਂ ਨੇ ਉਹਦੇ ਆਸਟ੍ਰੇਲੀਆ ਟੂਰ ਲਵਾ, ਸਾਰੇ ਟੂਰ ਲਵਾ, ਪਰ ਉਹ ਫਿਰ ਵੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਬੰਦਾ, ਅੱਜ ਦੇ ਟਾਈਮ 'ਚ ਹਰਮਨ ਚੀਮੇ 10 ਲੋਕ ਜਾਣਦੇ, ਪਰ ਜਿਹੜੇ ਕਲਾਕਾਰ ਉਹਦੇ ਨਾਲ ਫੇਮ ਕੱਢਦੇ ਪਏ ਸੀ ਉਹਨਾਂ ਦਾ ਗੈਪ ਆ। ਹੁਣ ਜੋ ਸੋਨੂੰ ਸਿੱਧੂ ਹੁੰਦਾ, ਸੋਨੂੰ ਸਿੱਧੂ ਵਾਲੇ 'ਤੇ ਜ਼ਿਆਦਾ ਵਿਊ ਪੈਂਦੇ ਆ, ਉਹ ਨਾਲ ਦੀ ਨਾਲ ਬੰਦੇ ਉਹਨੂੰ ਚੱਕ ਲੈਂਦੇ ਆ, ਹੈ ਨਾ। ਉਹ ਜਾਣ ਜਾਣ ਕੇ ਉਹਦੇ ਨਾਲ ਖੜ ਖੜ ਕੇ ਸਟੋਰੀਆਂ ਬੰਦਾ, ਸਾਡਾ ਭਰਾ ਅਸੀਂ ਇਹਦੀ ਹੈਲਪ ਕਰਦੇ ਹਾਂ ਵੀ ਸਾਡਾ ਵਿਊ ਪਵੇ, ਅਸੀਂ ਥੋੜ੍ਹੇ ਪਬਲਿਸ਼ ਹੋਈਏ,
ਹਰ ਇੱਕ ਥਾਂ 'ਤੇ ਪਬਲਿਸਿਟੀ ਜਦੋਂ ਸੰਗਤ ਹੁੰਦੀ ਆ, ਮੰਨ ਕੇ ਚਲੋ ਇੱਕ ਡੇਰੇ ਦੇ ਵਿੱਚ ਜੇ 50,000 ਬੰਦਾ ਵੀ ਜੁੜਿਆ ਨਾ, ਜੇ ਉੱਥੇ ਜਾ ਕੇ ਨੀਵਾਂ ਹੋ ਜੂਗਾ ਤਾਂ ਉਹਦੇ ਨਾਲ 50,000 ਬੰਦਾ ਆਡੀਅੰਸ ਜੁੜੂ। ਇਹ ਵੀ ਸੌਖੇ ਤਰੀਕੇ ਆ, ਸ਼ਾਰਟਕੱਟ ਵਰਤੇ ਜਾਂਦੇ। ਤੁਸੀਂ ਸੋਨੂੰ ਸਿੱਧੂ ਵਾਲੇ ਦਾ ਜ਼ਿਕਰ ਕੀਤਾ, ਤੁਹਾਨੂੰ ਨਹੀਂ ਲੱਗਦਾ ਸਾਡੇ ਲੋਕ ਵੀ ਉਹ ਚੀਜ਼ਾਂ ਜਿਹੀਆਂ ਦੇਖਦੇ ਰਹਿੰਦੇ ਆ ਜਿਹੜੀਆਂ ਸ਼ਾਇਦ ਨਹੀਂ ਸਾਡੇ ਨਾ ਸਮਾਜ ਨੂੰ ਲੋੜ ਹੈ ਨਾ ਉਹਨਾਂ ਨੂੰ ਲੋੜ ਹੈ, ਜਾਂ ਇਹੋ ਜਿਹੇ ਲੋਕਾਂ ਨੂੰ ਮਤਲਬ ਮੈਂ ਕਹਿਣਾ ਨਹੀਂ ਚਾਹੀਦਾ, ਪਰ ਜੇ ਤੁਸੀਂ ਮਤਲਬ ਕਦੇ ਇੱਕ ਵੀ ਰੀਲ ਉਹਦੀ ਧਿਆਨ ਨਾਲ ਦੇਖੀ ਹੈ ਅਤੇ ਕਦੇ ਕੋਈ ਤੱਥ ਨਿਕਲਿਆ? ਦੇਖੋ ਜੀ, ਉਹ ਮੰਦ ਬੁੱਧੀ ਬੰਦਾ ਜਾਂ ਜਿਹਨੂੰ ਕਿ ਭਗਤ ਬੰਦਾ ਵੀ ਕਹਿਣ ਦੇ ਵੈਸੇ ਤਾਂ ਲੋਕ ਹੈ ਨਾ, ਇੱਕ ਹਿਸਾਬ ਦਾ ਚਲੋ ਉਹ ਬੰਦੇ ਨੂੰ ਨਹੀਂ ਪਤਾ ਉਹਨੇ ਕੀ ਕਰਨਾ ਕੀ ਨਹੀਂ, ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਣ ਵਾਲੀ ਗੱਲ ਆ ਹੈ ਨਾ, ਚਲੋ ਉਹ ਵਿਚਾਰੇ ਦਾ ਹੁਣ ਘਰ ਬਣ ਜੂਗਾ ਹੈ ਨਾ। ਲੋਕਾਂ 'ਤੇ ਆਪਾਂ ਕਦੇ ਵੀ ਵਰਕ ਪਰਚਾ ਨਹੀਂ ਪੜਦੇ, ਕਿਉਂਕਿ ਭੀੜ ਜੇ ਲੜਵੇ ਪਏ ਨਾ ਕਿਤੇ ਉਹਨਾਂ 'ਤੇ ਪਰਚਾ ਨਹੀਂ ਹੁੰਦਾ। ਲੋਕ ਜਾਂਦੇ ਠੀਕ ਹੈ, 10 ਮਿੰਟ ਹਰ ਇੱਕ ਬੰਦਾ ਇਹ ਫਰਸਟ੍ਰੇਟ ਹੋਇਆ ਵਾ, ਜੇ 10 ਮਿੰਟ ਵੀਡੀਓ ਦੇਖ ਕੇ ਉਹਨਾਂ ਨੂੰ ਹਾਸਾ ਆਉਂਦਾ, ਇਹ 4 ਦਿਨ ਦੀ ਚਾਂਦਲੀ ਨਾਲ ਕੰਮ ਹੁੰਦਾ। ਇਹ ਪਹਿਲਾਂ ਨੀਟੂ ਸ਼ਟਰਾਂ ਵਾਲਾ ਸੀ, ਉਹ ਹਰਮਨ ਚੀਮਾ ਆਇਆ ਸੀ, ਇੱਕ ਬੰਦਾ ਹੋਰ ਆਇਆ ਸੀ, ਉਹ ਬੰਦਾ ਨਾਂ ਭੁੱਲ ਗਿਆ ਮੈਂ ਹੁਣ, ਜਿਵੇਂ ਸੋਨੂੰ ਸਿੱਧੂ, ਇਹ 4 ਕੁ ਦਿਨ ਕੋਈ ਹੋਰ ਬੰਦਾ ਜੋ ਜਿਵੇਂ ਪਿੱਛੇ ਜੋ ਬਦੋ ਬਦੀ ਵਾਲਾ ਕਿੰਨਾ ਚੱਲੀ ਗਿਆ, ਇਹ 4 ਕੁ ਦਿਨ ਦਾ ਹੁੰਦਾ, ਉਸ ਤੋਂ ਬਾਅਦ ਫਿਰ ਲੋਕ ਭੁੱਲ ਲੈਂਦੇ ਆ। ਇਹ ਤਾਂ ਲੋਕਾਂ ਨੂੰ ਜੀ ਆਪਦਾ ਪਛਾਣਨਾ ਪੈਣਾ। ਦੇਖੋ ਜੇ ਤਾਂ ਇੱਕ ਪਾਸੇ ਪੰਜਾਬ ਸੁਧਾਰਕ ਦੀ ਗੱਲ ਕਰਦੇ ਆ, ਫਿਰ ਤਾਂ ਮੈਨੂੰ ਲੱਗਦਾ ਸਰ ਇੱਕ ਬੰਦੇ ਦੇ ਸਟੇਟਸ ਦੇ ਵਿੱਚ ਹਰ ਇੱਕ ਬੰਦੇ ਰੀਲਾਂ ਦੇ ਉੱਤੇ ਬਾਬੇ ਦੀ ਬਾਣੀ ਪੈਣੀ ਚਾਹੀਦੀ, ਜਾਂ ਜਿਹੜੇ ਵੀ ਆਪਦੇ ਧਰਮ ਨੂੰ ਮੰਨਦੇ ਆ, ਪਰ ਕਿੰਨੇ ਕੁ ਲੋਕ ਪਾਉਂਦੇ? ਕੋਈ ਵੀ ਨਹੀਂ ਪਾਉਂਦਾ। ਹੁਣ ਦੇ ਟਾਈਮ 'ਚ ਕੋਈ ਵੀ ਕਲੋਲ ਹੋ ਜੇ, ਕੋਈ ਵੀ ਹੈਪਨ ਹੋ ਜੇ, ਨਾਲ ਦੀ ਨਾਲ ਕੋਈ ਮੈਂ ਹੁਣ ਮੇਰੇ ਵਰਗਾ ਗਾਣੇ ਗਾਈ ਜਾਂਦਾ ਹੈ ਨਾ। ਆਪਾਂ ਸ਼ਡਿਊਲ ਕਾਸਟ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਮੋਰਚਾ ਫਤਿਹ ਗਾਣਾ ਗਾਇਆ, ਹਵਾਰਿਆਂ 'ਤੇ ਗਾਣਾ ਗਾਇਆ ਹੈ ਨਾ, ਬੰਦੀ ਸਿੰਘ ਰੇ ਮੋਰਚ, ਕਿੰਨੇ ਕੁ ਲੋਕ ਸ਼ੇਅਰ ਕਰਦੇ? ਨਹੀਂ ਕਰਦੇ। ਪਰ ਉਹੀ ਕਿਤੇ ਨਾ ਕੋਈ ਮੈਂ ਖੱਪ ਪਾ ਕੇ ਬੱਚਾ ਜਿਵੇਂ ਬਾਬਾ ਗਾਣਾ, ਉਹ ਖੱਪ ਪਾਉਣ ਵਾਲਾ ਗਾਣਾ ਸੀ ਸਿਰ, ਜਿਵੇਂ ਉਹਦੀਆਂ ਲੈਣਾ ਸੀ ਮੈਂ ਵਾਲ ਜੇ ਵਧਾ ਕੇ ਛਾਪਾਂ ਚੱਲੇ ਪਾ, ਉਹ ਕਿੰਨੀਆਂ ਹੀ ਰੀਲਾਂ ਪੈ ਗਈਆਂ ਉੱਥੇ। ਲੋਕ ਇੰਟਰਟੇਨਮੈਂਟ ਵਾਲੇ ਪਾਸੇ ਥੋੜ੍ਹਾ ਜ਼ਿਆਦਾ ਜਾਂਦੇ ਆ ਨਾ, ਸੀਰੀਅਸ ਮੁੱਦਿਆਂ ਵਾਲੇ ਪਾਸੇ ਘੱਟ, ਅਗਲਾ ਕਹਿੰਦਾ ਐਵੇਂ ਭਕਾਈ ਮਾਰੀ ਜਾਂਦਾ, ਗੱਲ ਘੱਟ ਸੁਣਦੇ ਆ ਉਸ ਚੀਜ਼ ਦੀ। ਤੁਸੀਂ ਇੱਕ ਵਾਰ ਜਿਵੇਂ ਮੈਨੂੰ ਗੱਲ ਕਹੀ ਸੀ, ਹੁਣ ਆਪਾਂ ਇੱਥੇ ਸੀਰੀਅਸ ਬੈਠੇ ਗੱਲਾਂ ਕਰੀਨੇ, ਹੁਣ ਕਿਸੇ ਦਾ ਨਹੀਂ ਧਿਆਨ ਪੈ ਰਿਹਾ, ਹਰ ਘਰੋਂ ਘਰੀ ਆ, ਇੱਥੇ ਆਪਾਂ ਲਾਭ ਰੌਲਾ ਪਾਉਣ ਲਾ ਲਾ ਹਲਾ ਕਰ ਲਾ, ਸਾਰੇ ਘਰਾਂ ਵਾਲੇ ਬਾਹਰ ਆ ਕੇ ਦੇਖਣਗੇ ਵੀ ਕਰੀ ਕੀ ਜਾਂਦੇ ਆ। ਬਿਲਕੁਲ, ਉਹ ਹਿਸਾਬ ਹੋ ਜਾਂਦਾ ਜੀ। ਸ਼ੁਕਰੀਆ, ਕੀ ਮੈਸੇਜ ਦੇਣਾ ਚਾਹੋਗੇ ਐਂਡ ਦੇ ਵਿੱਚ? ਮੈਸੇਜ ਕੁਛ ਨਹੀਂ, ਪੰਜਾਬੀਆਂ ਨੂੰ ਬੇਨਤੀ ਹੈ, ਚੰਗਾ ਸੁਣੋ, ਚੰਗਾ ਖਾਓ ਪੀਓ, ਅਤੇ ਚੰਗੇ ਬੰਦੇ ਦੀ ਮੇਰੇ ਆ ਕੇ ਸਪੋਰਟ ਕਰੋ, ਅਤੇ ਬਸ ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤਾਂ ਕਿਤੇ ਨਾ ਕਿਤੇ ਬੇਸ਼ੱਕ ਇਹਨਾਂ ਨੇ ਤਾਂ ਜ਼ਿਕਰ ਕੀਤਾ ਬਾਬੇ ਗਾਣੇ ਦਾ, ਪਰ ਉਹਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਅਸਿੱਧੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਬਾਬੇ ਹੈ ਉਹ ਲੋਕਾਂ ਤੋਂ ਕੀ ਲੈਂਦੇ ਨੇ, ਉਹ ਬਾਬੇ ਲੋਕਾਂ ਦੇ ਪੈਸੇ ਨਾਲ ਕਿਵੇਂ ਆਪਦਾ ਜਿਹੜਾ ਲਾਈਫ ਸਟਾਈਲ ਹੈ ਉਹ ਅਯਾਸ਼ੀ ਭਰਿਆ ਬਣਾ ਲੈਂਦੇ ਨੇ। ਉਹ ਸਾਰੀਆਂ ਚੀਜ਼ਾਂ ਉਹ ਗਾਣੇ ਦੀਆਂ ਲਾਈਨਾਂ ਦੇ ਵਿੱਚ ਦਰਸਾਈਆਂ ਗਈਆਂ ਸੀ, ਅਤੇ ਸ਼ਡਿਊਲ ਕਾਸਟ ਵੀ ਉਸੇ ਤਰ੍ਹਾਂ ਦਾ ਇੱਕ ਗਾਣਾ ਹੈ ਜਿਹਦੇ ਵਿੱਚ ਇਹਨਾਂ ਨੇ ਕੁਝ ਕੁ ਜਾਤਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੂੰ ਸਾਡੇ ਸਮਾਜ ਦੇ ਵਿੱਚ ਨੀਵੀਂ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ। ਕੈਮਰਾਮੈਨ ਕਹਿੰਦੇ ਦੇ ਨਾਲ ਮੈਂ ਗਗਨ ਸਿੱਧੂ, ਪੋਲਰ ਟੀਵੀ, ਕੋਟਕਪੂਰਾ।